ਪੰਜਾਬ ਬੋਰਡ ਚ ਮੇਰੇ 10ਵੀਂ ਚੋਂ 66 ਨੰਬਰ ਆਏ ਸੀ। ਅਸੀਂ ਜਵਾਕ ਇੱਥੇ ਇੰਗਲਿਸ਼ ਸਿਖਾਉਣ ਵਾਸਤੇ ਲੈ ਕੇ ਆਏ, ਤੂੰ ਪੰਜਾਬੀ ਸਿਖਾ ਰਿਹਾ, ਸਾਡੇ ਇਮੇਜ ਸਕੂਲ ਸਕੂਲ ਦੇ ਇਮੇਜ ਵਾਸਤੇ ਵਧੀਆ ਨਹੀਂ ਹੈਗਾ। ਵੀ ਪਤੰਦਰਾ, ਮੈਨੂੰ 2 ਮਹੀਨੇ ਹੋ ਗਏ, ਉਹ 2 ਸਾਲ ਹੋ ਗਏ ਇੱਥੇ ਆਏ ਨੂੰ ਤੇਰੇ ਸਕੂਲ ਦੇ ਵਿੱਚ, ਤੇ ਕਿਸੇ ਨੂੰ ਇੱਕ ਅੱਖਰ ਅੰਗਰੇਜ਼ੀ ਦਾ ਨਹੀਂ ਸਿਖਾਇਆ, ਸਗੋਂ ਪੰਜਾਬੀ ਸਿੱਖ ਕੇ ਆਇਆ ਮੈਂ। ਜਦੋਂ ਮੈਨੂੰ ਗੁੱਸਾ ਜ਼ਿਆਦਾ ਹੁੰਦਾ ਉਹਨਾਂ ਚਿਰ ਤੱਕ ਸਵਾਦ ਨਹੀਂ ਹੁੰਦਾ ਜਿੰਨਾ ਚਿਰ ਮੈਂ ਠੋਕ ਕੇ ਪੰਜਾਬੀ 'ਚ ਗੱਲ ਨਾ ਕਰਦਾ। ਸੋਸ਼ਲ ਮੀਡੀਆ 'ਤੇ ਇੱਕ ਗੋਰਾ ਅੱਜ ਕੱਲ੍ਹ ਚਰਚਾ ਵਿੱਚ ਹੈ, ਜੋ ਹੈ ਤਾਂ ਗੋਰਾ ਪਰ ਉਹਦੀ ਪੰਜਾਬੀ ਸੁਣ ਕੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਗੋਰਾ ਹੈ। ਠੇਠ ਪੰਜਾਬੀ ਬੋਲਦਾ ਇਹ ਗੋਰਾ ਟਿਕਟੌਕ 'ਤੇ ਦੇਸੀ ਗੋਰਾ ਨਾਮ ਦੀ ਆਈਡੀ ਚਲਾ ਰਿਹਾ ਹੈ ਅਤੇ ਉਹਦੀ ਪੰਜਾਬੀ ਸੁਣ ਕੇ ਬਹੁਤ ਸਾਰੇ ਪੰਜਾਬੀ ਹੀ ਉਸ ਨੂੰ ਸਵਾਲ ਕਰ ਰਹੇ ਨੇ ਕਿ ਯਾਰ ਤੂੰ ਸੱਚੀਓ ਗੋਰਾ ਹੈ ਜਾਂ ਪੰਜਾਬੀ ਹੈ। ਮੈਂ 6 ਸਾਲ ਪੰਜਾਬ 'ਚ ਪੜ੍ਹ ਕੇ ਆਇਆ ਸੀ, ਰੂਪਨਗਰ 'ਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਉਸ ਟਾਈਮ ਰੋਪੜ ਕਹਿੰਦੇ ਸੀ, ਪਤਾ ਨਹੀਂ ਰੂਪਨਗਰ, ਮੈਨੂੰ ਯਾਦ ਨਹੀਂ ਹੈਗਾ ਹੁਣ। ਪਰ ਮੈਂ 6 ਸਾਲ ਉੱਥੋਂ ਪੜ੍ਹ ਕੇ ਆਇਆ ਤਾਂ ਮੈਨੂੰ ਪੰਜਾਬੀ ਆਉਂਦੀ ਹੈ, ਪੜ੍ਹ ਵੀ ਸਕਦਾ ਲਿਖ ਵੀ ਸਕਦਾ। ਪੰਜਾਬ ਬੋਰਡ 'ਚ ਮੇਰੇ 10ਵੀਂ 'ਚੋਂ 66 ਨੰਬਰ ਆਏ ਸੀ। ਦੂਜੇ ਬੱਚੇ ਨੂੰ ਬੜੇ ਗਾਲਾਂ ਪਏ ਜਦੋਂ ਮੇਰੇ ਤੋਂ ਨੰਬਰ ਘੱਟ ਆਇਆ, ਕਿਉਂਕਿ ਮੈਂ 1 ਸਾਲ ਪੜ੍ਹਿਆ ਸੀ ਪੰਜਾਬੀ, ਉਹ ਤਾਂ ਮੈਨੂੰ ਪੰਜਾਬੀ ਆਉਂਦੀ ਹੈ। ਮੇਰਾ ਫੇਵਰੇਟ ਇੱਕ ਤਾਂ ਕੋਈ ਨਹੀਂ ਹੈਗਾ, ਪਰ ਕਈਆਂ ਨੂੰ ਪਸੰਦ ਕਰਦਾ ਮੈਂ, ਦਲਜੀਤ ਦੋਸਾਂਝ ਬਹੁਤ ਵਧੀਆ, ਗੁਰੂ ਰੰਧਾਵਾ ਵੀ, ਹੀ ਇਜ਼ ਅ ਵੈਰੀ ਗੁੱਡ ਆਰਟਿਸਟ, ਉਹ ਵੀ ਪਸੰਦ ਕਰਦਾ ਜਦੋਂ ਮੈਂ ਛੋਟਾ ਹੁੰਦਾ। ਅਤੇ ਆਰਟਿਸਟ ਜਿਹੜੇ ਉਸ ਵੇਲੇ ਹੁੰਦੇ ਸੀ ਜਿੱਦਾਂ ਸਰਬਜੀਤ ਚੀਮਾ, ਨਛੱਤਰ ਗਿੱਲ, ਦੀ ਓ ਜੀਸ, ਦੇ ਵਰ ਗੁੱਡ ਆਰਟਿਸਟ। What baffles me is how the hell did Diljit get a collab with Tory Lanez. Yo, that shit was crazy. That shit was fire. That's a great song. I really love that. But main yaar sare nu pasand karda, mere ek kalla favorite nahi hega. Of course the GOAT, Babu Man, bro. I used to listen to him when I was growing up, and to this day, I still listen to Babu Man. He's got really, really great songs. ਜਦੋਂ ਗੁੱਸਾ ਘੱਟ ਹੁੰਦਾ ਨਾ ਫਿਰ ਤਾਂ ਇੰਗਲਿਸ਼ 'ਚ ਚੱਲਦਾ, ਪਰ ਜਦੋਂ ਮੈਨੂੰ ਗੁੱਸਾ ਜ਼ਿਆਦਾ ਹੁੰਦਾ ਉਹਨਾਂ 'ਚ ਤਾਂ ਸਵਾਦ ਨਹੀਂ ਹੁੰਦਾ ਜਿੰਨਾ 'ਚ ਮੈਂ ਠੋਕ ਕੇ ਪੰਜਾਬੀ 'ਚ ਗੱਲ ਨਾ ਕਰਦਾ। ਰੋਪੜ ਤੋਂ ਪੜਿਆ ਇਹ ਗੋਰਾ ਖੁਦ ਦੱਸ ਰਿਹਾ ਕਿ ਉਹਨੇ ਪੰਜਾਬੀ ਸਿੱਖੀ ਕਿੱਥੋਂ ਹੈ, ਅਤੇ ਉਸਦੀ ਪੰਜਾਬਣ ਘਰ ਵਾਲੀ ਪੰਜਾਬੀ ਦੇ ਕਈ ਗਿਣਤੀ ਦੇ ਸ਼ਬਦ ਨਹੀਂ ਦੱਸ ਸਕਦੀ, ਪਰ ਉਹ ਗੋਰਾ ਦੱਸ ਦਿੰਦਾ। ਇਟਸ ਫਨੀ ਯੂ ਸ਼ੁਡ ਸੇ ਦੈਟ, ਕਿਉਂਕਿ ਮੇਰੇ ਘਰ ਵਾਲੇ ਨਾ ਪੰਜਾਬ ਤੋਂ ਹੈ, ਅਤੇ ਜਦੋਂ ਵੀ ਮੈਂ ਨਾ ਉਹਨੂੰ ਕੁਛ ਕਹਿੰਦਾ ਪੰਜਾਬੀ 'ਚ, ਜਿੱਦਾਂ ਯਾਰ ਉਹ ਮੈਨੂੰ 60 ਨੰਬਰ ਜਾਂ ਆਪਣਾ 62 ਨੰਬਰ ਜਾਂ 69 ਨੰਬਰ ਜਾਂ 35 ਜੋ ਵੀ ਉਹਨੂੰ ਕੁਝ, ਉਹਨੂੰ ਪਤਾ ਹੀ ਨਹੀਂ ਹੈਗਾ ਮੈਂ ਕੀ ਕਹਿਣ ਡਿਆ, ਫਿਰ ਮੈਨੂੰ ਦੁਬਾਰਾ ਇੰਗਲਿਸ਼ 'ਚ ਕਹਿਣਾ, ਮੈਨੂੰ ਬੇਇੱਜ਼ਤੀ ਬਹੁਤ ਕਰਦਾ ਫਿਰ ਮੈਂ, ਵੀ ਤੈਨੂੰ ਪੰਜਾਬੀ 'ਚ ਗਿਣਤੀ ਕੋਈ ਨਹੀਂ ਆਉਂਦੀ। ਤੈਨੂੰ ਪਤਾ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ 'ਚ ਪੜ੍ਹਦਾ ਸੀ, ਅਤੇ ਉਹਨਾਂ ਨੇ ਕੀ ਕੀਤਾ ਵੀ ਥਾਈਲੈਂਡ ਤੋਂ ਬੱਚੇ ਲਿਆਂਦੇ ਸੀ, ਉਦੋਂ ਮੈਂ 10ਵੀਂ 'ਚ ਪਤਾ ਨਹੀਂ 11ਵੀਂ 'ਚ ਸੀ, ਅਤੇ ਉਹਨਾਂ ਨੂੰ ਇੰਗਲਿਸ਼ ਸਿਖਾਉਣ ਵਾਸਤੇ ਲਿਆਂਦਾ ਸੀ ਆਪਣਾ ਅਕੈਡਮੀ ਦੇ ਵਿੱਚ, ਅਤੇ ਉਹਨਾਂ ਦੇ ਦਿਮਾਗ 'ਚ ਆਹ ਸੀ ਵੀ ਇਹ ਗੋਰਾ ਹੈ, ਇੰਗਲਿਸ਼ ਬੋਲਦਾ ਹੈ, ਇਹਦੇ ਕਮਰੇ 'ਚ ਵਾੜ ਦਿੰਦੇ ਹਾਂ। ਮੇਰੇ ਹਾਣ ਦੇ ਸੀ, ਅਤੇ 4 ਕੁ ਮੁੰਡੇ ਹੁੰਦੇ ਸੀ ਸਾਡੇ ਕਮਰੇ 'ਚ, 6 ਆਪਾਂ ਰੱਖ ਸਕਦੇ, ਅਤੇ ਉਹਨਾਂ ਨੇ ਵਿੱਚ ਵਾੜ ਦਿੱਤਾ ਸੀ। ਲਾਲਾ 1 ਮਹੀਨੇ ਬਾਅਦ ਉਹਨਾਂ ਨੇ ਮੇਰੇ ਨਾਲ ਬਾਹਰ ਨਿਕਲਦੇ ਪਏ ਸੀ, ਦੋਵੇਂ ਜਿਹੜੇ ਥਾਈਲੈਂਡ ਦੇ ਜਵਾਕ ਸੀ, ਹੋਸਟਲ 'ਚੋਂ ਬਾਹਰ ਨਿਕਲੇ, ਉੱਧਰੋਂ ਆ ਗਈ ਵਾਈਸ ਪ੍ਰਿੰਸੀਪਲ, ਅਤੇ ਉਹ ਉਹਨਾਂ ਨੂੰ ਪੁੱਛਣ ਲੱਗ ਪਏ, ਹੈ ਨਾ ਵੀ ਹੇ ਹਾਓ ਆਰ ਯੂ, ਯੂ ਨੋ, ਅਤੇ ਉਹ ਅੱਗੋਂ ਸਿੱਧਾ ਜਵਾਬ ਠੋਕ ਕੇ ਦਿੱਤਾ ਵੀ ਅਸੀਂ ਠੀਕ ਹੈ। ਉਹਨੇ ਮੇਰੇ ਵੱਲ ਵੇਖੇ, ਸਜਾਤੀ ਮੈਡਮ ਸੀ ਉਹ, ਮੇਰੇ ਵੱਲ ਵੇਖ ਕੇ ਨਾ ਗੁੱਸੇ ਨਾਲ, ਨਾ ਉਹਨੇ ਜਾ ਕੇ ਡਾਇਰੈਕਟਰ ਨੂੰ ਦੱਸ ਦਿੱਤੇ। ਡਾਇਰੈਕਟਰ ਨੇ ਮੈਨੂੰ ਆ ਕੇ ਮੈਸ ਦੇ ਵਿੱਚੋਂ ਬਾਹਰ ਕੱਢਿਆ ਸੀ, ਰੋਟੀ ਖਾ ਰਹੇ ਸੀ ਲੰਚ, ਕਹਿੰਦਾ ਅਸੀਂ ਜਵਾਕ ਇੱਥੇ ਇੰਗਲਿਸ਼ ਸਿਖਾਉਣ ਵਾਸਤੇ ਲੈ ਕੇ ਆਏ, ਤੂੰ ਪੰਜਾਬੀ ਸਿਖਾ ਰਿਹਾ, ਸਾਡੇ ਇਮੇਜ ਸਕੂਲ ਦੇ ਇਮੇਜ ਵਾਸਤੇ ਵਧੀਆ ਨਹੀਂ ਹੈਗਾ ਜੋ ਵੀ, ਹੈ ਨਾ, ਅਤੇ ਉਹ ਕਹੀ ਜਾ ਰਿਹਾ ਮੈਨੂੰ ਲੈਕਚਰ ਦਿੰਦਾ ਪਿਆ। ਮੇਰੇ ਦਿਮਾਗ 'ਚ ਆ ਆਇਆ ਸੀ ਵੀ ਪਤੰਦਰਾ, ਮੈਨੂੰ 2 ਮਹੀਨੇ ਹੋ ਗਏ, ਉਹ 2 ਸਾਲ ਹੋ ਗਏ ਇੱਥੇ ਆਏ ਨੂੰ ਤੇਰੇ ਸਕੂਲ ਦੇ ਵਿੱਚ, ਅਤੇ ਕਿਸੇ ਨੂੰ ਇੱਕ ਅੱਖਰ ਅੰਗਰੇਜ਼ੀ ਦਾ ਨਹੀਂ ਸਿਖਾਇਆ, ਸਗੋਂ ਪੰਜਾਬੀ ਸਿੱਖ ਕੇ ਆਇਆ ਮੈਂ, ਅਤੇ ਉਹ ਮੇਰੇ ਕੋਲ ਕੀ ਸਿੱਖਣਗੇ। ਅਗਲਾ ਦਿਨ ਮੇਰੇ ਕਮਰੇ 'ਚੋਂ ਬਾਹਰ ਕੱਢ ਦਿੱਤੇ ਉਹ, ਕਿਸੇ ਹੋਰ ਨਾਲ ਲੈ ਗਏ, ਪਤਾ ਨਹੀਂ ਵੱਖਰਾ ਰੱਖਦਾ ਸੀ ਉਹਨਾਂ ਨੂੰ, ਕਹਿੰਦਾ ਇਹ ਬੈਡ ਇਨਫਲੂਐਂਸ ਹੈ।